मैं गल तुम दसन लगा बेटा जिंदगी जेड़े लोग बहुत अगे पहुंचे ने उन्हां विचों बहुत सारे वजीफे लैके पड़े ने इस तरह के वजीफे जेड़े नीड वाले वजीफे होंदे वजीफे दो तरह के होंदे ने एक मैरिट स्कॉलरशिप एक नीड बेस्ड स्कॉलरशिप इथों तक के साडे साबका प्रधानमंत्री डॉक्टर मनमोहन सिंह उन्हां कोल भी पढ़न लई पैसे नहीं सी ਤੇ ਉਸ ਵੇਲੇ ਦੀ ਕੌਮ ਦੇ ਉਸ ਹਾਲਾਤ ਦੇ ਜਿਹੜੇ ਸਿੰਘ ਸਨ ਉਹਨਾਂ ਨੇ ਉਹਨਾਂ ਦੀ ਮਦਦ ਕੀਤੀ ਤੇ ਉਹ ਦੇਖੋ ਕਿੰਨਾ ਕਮਾਲ ਦਾ ਪੜੇ ਸੋ ਮੈਂ ਇੱਕ ਬੇਨਤੀ ਤੁਹਾਨੂੰ ਸਾਰਿਆਂ ਨੂੰ ਕਰਾਂਗਾ ਬੇਟਾ ਜਿੰਨੀ ਮਿਹਨਤ ਤੇ ਸਾਰੀ ਸਿੰਘਾਂ ਦੀ ਟੀਮ ਮੈਂ ਤੇ ਅੱਜ ਪਹਿਲੀ ਵਾਰੀ ਦੇਖ ਦੇਖ ਕੇ ਨਿਹਾਲ ਹੋ ਰਿਹਾ ਜੀ ਕਿ ਸੱਚੀ ਮੁੱਚੀ ਜਸਵਿੰਦਰ ਜੀ ਆਪਾਂ ਸੁਪਨਾ ਤਾਂ ਹੀ ਦੇਖ ਰਿਹਾ ਮੈਂ ਇੰਨੀ ਮਿਹਨਤ ਤੁਹਾਡੇ ਲਈ ਕਰ ਰਹੇ ਨੇ ਤੁਸੀਂ ਬੜੇ ਭਾਗਾਂ ਵਾਲੇ ਹੋ ਇਹਦਾ ਬਹੁਤ ਜ਼ਿਆਦਾ ਫਾਇਦਾ ਉਠਾਓ ਸਾਰੇ ਕੋਲ ਕਾਪੀ ਪੈਨ ਹੈਗਾ ਜਿਨ੍ਹਾਂ ਕੋਲ ਕਾਪੀ ਪੈਨ ਹੈ ਉਹ ਹੱਥ ਖੜੇ ਕਰੋ ਓਹੋ ਕੈਚ ਹੀ ਨਹੀਂ ਕਰ ਸਕੋਗੇ ਤੁਸੀਂ ਸਟੂਡੈਂਟ ਵਿਦਆਊਟ ਪੈਨ ਸੋਲਜਰ ਵਿਦਆਊਟ ਗਨ ਇਹ ਕਿਵੇਂ ਹੋ ਸਕਦਾ ਜੀ ਮੈਂ ਕੱਲ ਹੀ ਅਨੰਦਪੁਰ ਸਾਹਿਬ ਇੱਕ ਕੈਂਪ ਤੇ ਸੀ ਉੱਥੇ ਇੱਕ ਸੱਜਣ ਨੇ ਬੜੀ ਪਿਆਰੀ ਗੱਲ ਕਹੀ ਮੇਰੇ ਕੋਲ ਵੀ ਗਲਤੀ ਹੋ ਗਈ ਪਰ ਵੀਰ ਜੀ ਮੈਂ ਪ੍ਰੋਮਿਸ ਕਰਦਾ ਜੀ ਸਾਰੇ ਬੱਚਿਆਂ ਲਈ ਕਿ ਗਿਫਟ ਜਿਹੜਾ ਹੈ ਨਾ ਪੈਡ ਦਾ ਅਸੀਂ ਜ਼ਰੂਰ ਕਰਾਂਗੇ ਜੀ ਇਹ ਸੇਵਾ ਸਾਡੇ ਵੱਲੋਂ ਕਬੂਲ ਕਰਿਓ ਜੀ ਇਹ ਬੇਟਾ ਮੈਂ ਤੁਹਾਨੂੰ ਸਾਰੇ ਨੂੰ ਦੱਸਣ ਲੱਗਾ ਕਿ ਤੁਹਾਡੀ ਪੋਕੇਟ ਵਿੱਚ ਹਰ ਵੇਲੇ ਇੱਕ ਪੈਡ ਹੋਣਾ ਚਾਹੀਦਾ ਹੈ ਖਾਲੀ ਪੇਜਸ ਕਿਤੇ ਵੀ ਕੋਈ ਵੀ ਨਵੀਂ ਗੱਲ ਮਿਲਦੀ ਹੈ ਲਿਖ ਲਓ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਦੀ ਜੇਬ ਦੇ ਵਿੱਚ ਪੈਸੇ ਨਹੀਂ ਸੀ ਹੁੰਦੇ ਗੁਰੂ ਨਾਨਕ ਸਾਹਿਬ ਦੇ ਕੋਲ ਹੋਰ ਕੋਈ ਸਮਾਨ ਦੁਨਿਆਵੀ ਇਕੱਠਾ ਨਹੀਂ ਸੀ ਕਰਦੇ ਪਰ ਗੁਰੂ ਸਾਹਿਬ ਜਿੱਥੇ ਗਏ ਉਹਨਾਂ ਕੋਲ ਕਲਮ ਤੇ ਕਾਗਜ਼ ਸੀ ਕਮਾਲ ਦੀ ਗੱਲ ਕਮਲ ਕਲਮ ਤੇ ਕਾਗਜ਼ ਪੈਨ ਤੇ ਪੇਪਰ ਇਹ ਵੀ ਸਾਡਾ ਵਿਰਸਾ ਹੈ ਔਰ ਸਟੂਡੈਂਟਸ ਕੋਲ ਜ਼ਰੂਰ ਹੋਣੇ ਚਾਹੀਦੇ ਨੇ ਪਰ ਚਲੋ ਅੱਜ ਇਹ ਤੁਹਾਡੇ ਕੋਲ ਨਹੀਂ ਫਿਰ ਤੁਸੀਂ ਇੱਥੇ ਬੁੱਕ ਕਰ ਲਓ ਹਾਰਡ ਡਿਸਕ ਹੈਗੀ ਨਾ ਸਾਰਿਆਂ ਨੂੰ ਕਹਿੰਦੇ ਹੈਗੀ ਨਾ ਹਾਰਡ ਡਿਸਕ ਯਾਦ ਰਹੇਗਾ ਤੁਹਾਨੂੰ ਸਾਰਿਆਂ ਨੂੰ ਜੋ ਮੈਂ ਗੱਲਾਂ ਤਿੰਨ ਗੱਲਾਂ ਬਹੁਤ ਇੰਪੋਰਟੈਂਟ ਕਰਨ ਲੱਗਾ ਫਟਾਫਟ ਯਾਦ ਕਰ ਲਓ ਬੇਟਾ ਜਿਹੜੇ ਬੱਚੇ ਜ਼ਿੰਦਗੀ ਚ ਕੁਝ ਕਰਨਾ ਚਾਹੁੰਦੇ ਨੇ ਤਿੰਨ ਸੱਸੇ ਨੇ ਪਹਿਲਾ ਸੱਸਾ ਸੈਲਫ ਸਟੱਡੀ ਸਾਰੇ ਬੋਲੋ ਉੱਚੀ ਸਾਰੀ ਬੋਲੋ ਮੈਂ ਸੁਣਿਆ ਹੀ ਨਹੀਂ ਮਾਤਾ ਪਿਤਾ ਨਹੀਂ ਬੋਲਦਾ ਜੀ ਹਾਂ ਇਹਨੂੰ ਪੰਜਾਬੀ ਚ ਕੀ ਕਹੋਗੇ ਕਿਸੇ ਨੂੰ ਪਤਾ ਸੈਲਫ ਸੈਲਫ ਲਰਨਿੰਗ ਆਪ ਪੜ੍ਹਨਾ ਹਾਂ ਇੱਕ ਦੋ ਬੱਚਿਆਂ ਦੇ ਹੱਥ ਰੇਜ਼ ਨੇ ਥੈਂਕ ਯੂ ਆਪ ਪੜ੍ਹਨਾ ਪਰ ਮੈਂ ਵੀ ਪੰਜਾਬੀ ਥੋੜੀ ਜਿਹੀ ਹੋਰ ਵੱਡੀ ਕਰ ਦਿੱਤੀ ਸੈਲਫ ਸਟੱਡੀ ਦਾ ਮਤਲਬ ਹੈ ਧੱਕੇ ਖਾ ਕੇ ਪੜ੍ਹਨਾ ਤੁਸੀਂ ਕਹਿੰਦੇ ਹੋ ਬਾਅਦ ਧੱਕੇ ਮਾਰੋ ਐਵੇਂ ਨਹੀਂ ਹੁਣ ਪਤਾ ਕੀ ਹੋ ਗਿਆ ਬੇਟਾ ਅਸੀਂ ਸਾਰੇ ਜਿਹੜੇ ਟਿਊਸ਼ਨ ਰੱਖਦੇ ਹਾਂ ਥੋੜੇ ਜਿਹੇ ਵੱਡੇ ਹੁੰਦੇ ਆ ਤੇ ਕੋਚਿੰਗ ਸੈਂਟਰਾਂ ਤੇ ਜਾਣ ਲੱਗ ਪਏ ਚੰਡੀਗੜ੍ਹ ਜਾਣ ਲੱਗ ਪਏ ਬਠਿੰਡੇ ਜਾਣ ਲੱਗ ਪਏ ਦਿੱਲੀ ਕੋਚਿੰਗ ਸੈਂਟਰ ਤੇ ਗਏ ਪੀਜੀ ਚ ਰਹੇ ਕੋਚਿੰਗ ਇਸ ਤਰ੍ਹਾਂ ਹੈ ਜਿਵੇਂ ਤੁਹਾਡੇ ਮੂੰਹ ਵਿੱਚ ਸਪੂਨ ਫੀਡਿੰਗ ਚਮਚੇ ਨਾਲ ਤੁਹਾਨੂੰ ਖਵਾਇਆ ਜਾ ਰਿਹਾ ਹੈ ਬਹੁਤ ਛੋਟੇ ਬੱਚੇ ਨੂੰ ਚਮਚੇ ਨਾਲ ਖਵਾਓ ਠੀਕ ਹੈ ਪਰ ਜੇ ਤੁਹਾਨੂੰ ਵੀ ਚਮਚੇ ਨਾਲ ਖਵਾਉਣਾ ਪਵੇ ਇਹਦਾ ਮਤਲਬ ਤੁਸੀਂ ਹਾਲੀ ਵੱਡੇ ਨਹੀਂ ਹੋਏ ਸੋ ਬੇਟਾ ਸਭ ਤੋਂ ਇੰਪੋਰਟੈਂਟ ਚੀਜ਼ ਜੇ ਸੈਲਫ ਸਟੱਡੀ ਉਹਦਾ ਮਤਲਬ ਹੈ ਕਿ ਆਪ ਮਿਹਨਤ ਕਰੋ ਗਲਤੀਆਂ ਕਰ ਕਰਕੇ ਸਿੱਖੋ ਸੈਲਫ ਸਟੱਡੀ ਦਾ ਮਤਲਬ ਬੋਲੋ ਵੀ ਸਾਰੇ ਜਣੇ ਗਲਤੀਆਂ ਕਰ ਕਰਕੇ ਸਿੱਖੋ ਜਿੰਨਾ ਆਪ ਇਸ ਤਰ੍ਹਾਂ ਲੱਭ ਲੱਭ ਕੇ ਪੜੋਗੇ ਬਣੇ ਬਣਾਏ ਨੋਟਸ ਨਹੀਂ ਚਾਹੀਦੇ ਹਾਂ ਕੋਚਿੰਗ ਟਿਊਸ਼ਨ ਉਹ ਲਵੋ ਵੀ ਹੈ ਮੇਰੇ ਪੰਜ ਪ੍ਰੋਬਲਮਸ ਨੇ 10 ਪ੍ਰੋਬਲਮਸ ਨੇ ਦੋ ਦਿਨ ਲਈ ਇੱਕ ਹਫਤੇ ਲਈ ਕਿਸੇ ਟੀਚਰ ਕੋਲ ਜਾਣਾ ਵੀ ਮੇਰੀ ਪ੍ਰੋਬਲਮ ਸੋਲਵਿੰਗ ਕਰਾ ਦਿਓ ਪਰ ਇਹ ਨਹੀਂ ਵੀ ਰੋਜ਼ ਕੋਚਿੰਗ ਤੇ ਜਾਣਾ ਸਮੇਂ ਦੇ ਹਿਸਾਬ ਨਾਲ ਮੈਂ ਤੁਹਾਨੂੰ ਸੱਚੀਆਂ ਗੱਲਾਂ ਨਹੀਂ ਸੁਣਾ ਰਿਹਾ ਬੜੀਆਂ ਘਟਨਾਵਾਂ ਮੇਰੇ ਕੋਲ ਦਰਦਨਾਕ ਇਹੋ ਜਿਹੀਆਂ ਨੇ ਸਿਰਫ ਮੈਂ ਇੰਨੀ ਬੇਨਤੀ ਕਰ ਰਿਹਾ ਮਾਤਾ ਪਿਤਾ ਲਈ ਖਾਸ ਕਰਕੇ ਕੋਚਿੰਗ ਸੈਂਟਰਾਂ ਦਾ ਇੱਕ ਸਿਸਟਮ ਹੈ 1000 ਬੱਚਾ ਲਿਆ 50-100 ਬੱਚੇ ਟੌਪਰ ਕੱਢ ਲਏ ਉਹਨਾਂ ਨੂੰ ਬਹੁਤ ਵਧੀਆ ਟੀਚਰ ਬਹੁਤ ਵਧੀਆ ਮਿਹਨਤ ਕੀਤੀ ਉਹਨਾਂ ਨੂੰ ਟੌਪ ਤੇ ਪਹੁੰਚਾਤਾ ਤੇ ਬਾਕੀ 900 ਦੇ ਕੋਲੋਂ ਪੈਸੇ ਹੀ ਬਣਾਈ ਫਿਰ
90% कोचिंग सेंटरों के बच्चे फेल हो रहे हैं, पिछे रह रहे हैं। ਤੁਸੀਂ ਕੋਲ ਨਹੀਂ ਜੀ ਅਖਬਾਰ ਦੀ ਫੋਟੋ ਛਪਦੀ ਹੈ ਇੰਨੀਆਂ ਸਾਰੀਆਂ ਫੋਟੋਆਂ, ਉਹ 100 ਬੱਚਿਆਂ ਦੀ ਹੁੰਦੀਆਂ ਨੇ, 100 ਤੋਂ ਵੀ ਘੱਟ। ਇਹਨਾਂ ਵੇ ਕੋਚਿੰਗ ਸੈਂਟਰ ਰਾਹੀਂ ਅਸੀਂ ਆਪਣਾ ਪੈਸਾ ਵੀ ਬਰਬਾਦ ਕਰ ਰਹੇ ਹਾਂ ਤੇ ਲਰਨਿੰਗ ਵੀ ਨਹੀਂ ਕਰ ਪਾ ਰਹੇ। ਇੱਕ ਤੁਹਾਨੂੰ ਮੈਂ ਘਟਨਾ ਬੜੀ ਸੱਚੀ ਘਟਨਾ ਸੁਣਾਵਾਂ। ਇੱਕ 12ਵੀਂ ਪੜ੍ਹਦੀ ਬੱਚੀ ਨੂੰ ਇਕਨੋਮਿਕਸ ਦਾ ਟੀਚਰ ਅੱਛਾ ਨਹੀਂ ਮਿਲਿਆ। रोज घर आके पापा नूं कहिंदे, पापा मेरा अच्छा टीचर चला गया, जिहड़ा नवां टीचर आया है ठीक तरह पढ़ांदा ही नहीं, ये छुट्टी ते रहिंदा है, पापा मैनूं ये समझ नहीं आया, ये समझ नहीं आया। उहदे पापा दी थोड़ी पहुंच सी, उहनें अपने एक दो फ्रेंड्स नाल इकनोमिक्स दे वालिआं नाल मिलाया कि इहनूं समझा दिओ जी ये कंसैप्ट। बेटी गई पढ़ के आई, कभी ये 10-20-30% समझ आया, पर हाली भी तसली नहीं हुई। ਉਹ ਪਾਪਾ ਨੇ ਕਿਸੇ ਹੋਰ ਨੂੰ ਪਤਾ ਕੀਤਾ, ਉਹਦੇ ਕੋਲ ਜਾ ਕੇ ਸੀਟਿੰਗ ਕਰਾਈ, ਫਿਰ ਵੀ ਬੱਚੀ ਦੀ ਤਸੱਲੀ ਨਹੀਂ ਹੋਈ। ਹਫਤੇ 10 ਦਿਨ ਬਾਅਦ ਇੱਕ ਦਿਨ ਪਾਪਾ ਘਰ ਆਏ ਤੇ ਬੇਟੀ ਕਹਿੰਦੀ ਹੈ, ਪਾਪਾ ਮੈਨੂੰ ਸਾਰਾ ਕਨਸੈਪਟ ਪੂਰਾ ਸਮਝ ਆ ਗਿਆ। ਮੁੰਡਾ ਜੀ ਬੇਟਾ ਕਿਹਦੇ ਕੋਲ ਪੜ੍ਹਿਆ? ਗੈਸ ਕਰੋ ਜੀ ਕਿਹਦੇ ਕੋਲ ਪੜ੍ਹਿਆ ਹੋਏਗਾ? ਵੈਰੀ ਗੁੱਡ, ਆਪੇ ਕਿੱਥੋਂ? ਵੈਰੀ ਗੁੱਡ, ਸ਼ਾਬਾਸ਼, ਆਪੇ ਉਸ ਬੱਚੀ ਨੇ ਪੜ੍ਹਿਆ ਯੂਟਿਊਬ ਤੋਂ। YouTube ਤੇ ਹਰ ਸਬਜੈਕਟ ਦੇ ਹਰ ਟੌਪਿਕ ਦੀਆਂ ਵੀਡੀਓਜ਼ ਅਵੇਲੇਬਲ ਜੇ, ਉਹ ਵੀ ਬਿਲਕੁਲ ਫ੍ਰੀ। ਮੈਂ ਜਿਹੜੀ ਯੂਨੀਵਰਸਿਟੀ ਪੜ੍ਹਾਉਂਦਾ, ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਮੈਂ ਉੱਥੇ ਕਈ ਵਾਰੀ ਬੱਚਿਆਂ ਨੂੰ, ਆਪਣੇ ਸਟੂਡੈਂਟਸ ਨੂੰ ਕਹਿੰਦਾ ਵੀ 100 ਸਾਲ ਬਾਅਦ ਦੋ ਬੱਚੇ ਆਪਸ ਵਿੱਚ ਪਤਾ ਕਿਵੇਂ ਗੱਲ ਕਰਿਆ ਕਰਨਗੇ। ਕੋਈ ਤੈਨੂੰ ਪਤਾ 100 ਸਾਲ ਪਹਿਲਾਂ ਸੱਚੀ ਮੁੱਚੀ ਦੇ ਟੀਚਰ ਹੁੰਦੇ ਸੀ। ਹਾਂ, the time for virtual teaching is here. ਇੱਕ ਇੱਕ ਟੀਚਰ 3-3 ਲੱਖ ਬੱਚਿਆਂ ਨੂੰ ਪੜ੍ਹਾ ਰਿਹਾ। ਤੁਸੀਂ ਕਹੋਗੇ ਅੰਕਲ ਕੀ ਕਰਦੇ, 3 ਲੱਖ ਬੈਠਦੇ ਕਿੱਥੇ ਹੋਣਗੇ? ਕਿੱਥੇ ਬੈਠਦੇ ਹੋਣਗੇ 3 ਲੱਖ? ਆਪਣੇ ਘਰਾਂ ਦੇ ਵਿੱਚ, ਆਪਣੇ ਮੋਬਾਈਲਾਂ ਤੇ। ਵਰਚੁਅਲ ਟੀਚਿੰਗ ਲਈ ਸਾਡਾ ਪੰਜਾਬ, ਸਾਡਾ ਪੰਥ ਜਿੰਨੀ ਜਲਦੀ ਇਹਦੇ ਤੋਂ ਇਹਨੂੰ ਕੈਚ ਕਰ ਲਏਗਾ, ਓਨੀ ਜਲਦੀ ਅਸੀਂ ਅੱਗੇ ਨਿਕਲ ਜਾਵਾਂਗੇ। ਸਾਡੇ ਪੈਸੇ ਵੀ ਬਚੇ, ਸਾਡਾ ਸਮਾਂ ਵੀ ਬਚਿਆ। ਅੱਛਾ, ਮੈਂ ਤੁਹਾਨੂੰ ਉਹ ਬੱਚੀ ਦੀ ਗੱਲ ਦੱਸ ਰਿਹਾ ਸੀ ਜੀ, ਭੁੱਲਦਾ ਨੀ ਜੇ, ਕਿਹੜੀ ਬੱਚੀ ਦੀ, ਕਿਹੜੀ ਕਲਾਸ ਦੀ ਸੀ? ਹਾਂ, ਦੇਖਦੇ ਆ, ਜਾਗਦੇ ਹੋ ਤੇ ਸੌਗੇ। ਹਾਂ, ਉਹ 12ਵੀਂ ਦੀ ਬੱਚੀ ਨੇ ਯੂਟਿਊਬ ਤੋਂ ਪੜ੍ਹ ਲਿਆ ਜੀ। ਇੱਕ ਵੀਡੀਓ ਮਿਲੀ ਵਧੀਆ, ਉਹਨੇ ਉਹਦੇ ਨਾਲ ਦੀਆਂ ਹੋਰ ਲੱਭ ਲਈਆਂ। ਇਹਨੂੰ ਕਹਿੰਦੇ ਸਮਾਰਟ ਸਰਚ। ਸ਼ੁਰੂ ਤੇ ਸਰਚ ਕਰਨ ਲਈ ਤੁਹਾਨੂੰ 2-4 ਦਿਨ ਲੱਗ ਸਕਦੇ ਨੇ, ਘਬਰਾਓ ਨਾ, ਮਿਹਨਤ ਕਰੋ। ਇੱਕ ਸਰਚ ਪਾਈ ਨਹੀਂ ਆਇਆ, ਦੂਜੀ ਸਰਚ ਪਾਈ ਨਹੀਂ ਆਇਆ। ਹਾਂ, ਕਦੇ ਐਵੇਂ ਦੀ ਸਰਚ ਨਹੀਂ ਕਰਨੀ, ਕਲਾਸ 12 ਇਕਨੋਮਿਕਸ, ਉਹਦੇ ਨਾਲ ਕੁਝ ਨਹੀਂ ਆਏਗਾ। ਜਿਹੜੀ ਚੀਜ਼ ਨਹੀਂ ਸਮਝ ਆ ਰਹੀ ਉਹਦੀ ਸਰਚ ਪਾਓ। ਲਓ ਜੀ, ਹੁਣ ਮੁੱਕਦੀ ਗੱਲ ਹੋਇਆ ਕਿ 12ਵੀਂ ਤੋਂ ਬਾਅਦ ਉਹ ਬੱਚੀ ਦਿੱਲੀ ਯੂਨੀਵਰਸਿਟੀ ਐਡਮਿਸ਼ਨ ਲਈ ਗਈ, ਕੋਈ ਸਮੱਸਿਆ ਆ ਗਈ ਜੀ, ਉਸ ਬੱਚੀ ਨੂੰ ਕੋਰਟ ਕੇਸ ਕਰਨਾ ਪਿਆ। HS ਫੁਲਕਾ ਜੀ ਦਾ ਨਾਮ ਤੁਸੀਂ ਸੁਣਿਆ, ਉਹਨਾਂ ਉਹ ਬੱਚੀ ਪਰਿਵਾਰ ਉਹਨਾਂ ਤੱਕ ਪਹੁੰਚ ਗਿਆ, ਫੁਲਕਾ ਜੀ ਨੇ ਕੇਸ ਕਰ ਦਿੱਤਾ। ਉਹ ਕੇਸ ਦਾ ਫੈਸਲਾ ਬੱਚੀ ਦੇ ਹੱਕ ਵਿੱਚ ਆ ਗਿਆ ਤੇ ਦਿੱਲੀ ਯੂਨੀਵਰਸਿਟੀ ਦਾ ਬੜਾ ਨਾਮੀ ਕਾਲਜ, 2010 ਦੀ ਗੱਲ, ਅਖਬਾਰਾਂ 'ਚ ਬੜੀ ਚਰਚਾ ਹੋਈ ਇਸ ਕੇਸ ਦੀ। ਕੋਰਟ ਨੇ ਆਰਡਰ ਕੀਤਾ ਪ੍ਰਿੰਸੀਪਲ ਨੂੰ ਕਿ ਕੋਈ ਵੀ ਸੀਟ ਖਾਲੀ ਹੋਵੇ ਇਸ ਬੱਚੇ ਦੀ ਤੁਸੀਂ ਇੰਟਰਵਿਊ ਕਰੋ, ਕਿਉਂਕਿ ਉਸ ਬੱਚੀ ਨੇ ਰੀਵੈਲੂਏਸ਼ਨ ਕਰਾਈ ਸੀ ਤੇ ਰੀਵੈਲੂਏਸ਼ਨ ਦੇ ਰਿਜ਼ਲਟ ਆਉਣ ਤੋਂ ਪਹਿਲਾਂ ਉਹ ਇੰਟਰਵਿਊ ਖਤਮ ਹੋ ਗਈ। ਉਹ ਕਹਿੰਦੇ ਜੇ ਹੁਣ ਤੁਹਾਡੇ ਕੋਲ ਸੀਟ ਹੈ ਤੇ ਤੁਹਾਨੂੰ ਦੇਣੀ ਪਏਗੀ, ਇਹਦਾ ਇੰਟਰਵਿਊ ਕਰਨਾ ਪਏਗਾ। ਲਓ ਜੀ, ਪ੍ਰਿੰਸੀਪਲ ਦੇ ਮਨ ਵਿੱਚ ਕਿਹੜ ਆ ਗਈ ਵੀ ਸਾਡੇ ਕਾਲਜ ਦਾ ਨਾਮ ਬਦਨਾਮ ਕੀਤਾ, ਕੋਰਟ ਵਿੱਚ ਕੇਸ ਕੀਤਾ। ਉਹਨੇ ਜਿਹੜੀ ਕਮੇਟੀ ਬਣਾਈ ਨਾ ਇੰਟਰਵਿਊ ਕਰਨ ਵਾਸਤੇ, ਉਹਨੂੰ ਕਿਹਾ ਵੀ ਔਖੇ ਤੋਂ ਔਖੇ ਸਵਾਲ ਪੁੱਛੋ, ਅਸੀਂ ਇਸ ਬੱਚੇ ਨੂੰ ਫੇਲ ਕਰਨਾ ਹੈ। ਧਿਆਨ ਰੱਖਣਾ, ਮੈਂ ਤੁਹਾਨੂੰ ਸੈਲਫ ਸਟੱਡੀ ਦੀ ਇੰਪੋਰਟੈਂਸ ਦੱਸ ਰਿਹਾ। ਲਓ ਜੀ, ਪਹਿਲੇ ਟੀਚਰ ਨੇ ਮੈਥਮੈਟਿਕਸ ਦਾ ਸਵਾਲ ਪਾਇਆ ਥੋੜਾ ਜਿਹਾ ਔਖਾ, ਉਹ ਬੱਚੀ ਨੇ ਕਰ ਦਿੱਤਾ ਜੀ। ਉਹ ਟੀਚਰ ਦੇ ਮੂੰਹ, ਅੱਛਾ ਉਹ ਜਿਹੜਾ ਇੰਟਰਵਿਊ ਹੋਈ ਸੀ ਨਾ, ਉਹਨੇ ਕੈਮਰਾ ਲਾਇਆ ਤਾਂ ਕਿ ਅਸੀਂ ਕੋਰਟ ਨੂੰ ਦੱਸ ਸਕੀਏ ਵੀ ਦੇਖੋ ਬੱਚੇ ਨੇ ਸਾਡੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ। ਹੁਣ ਪਹਿਲਾ ਜਵਾਬ ਠੀਕ ਤੇ ਟੀਚਰ ਦੇ ਮੂੰਹ ਨਿਕਲ ਗਿਆ, ਵੈਰੀ ਗੁੱਡ। ਹੁਣ ਵੈਰੀ ਗੁੱਡ ਵੀ ਕੈਮਰੇ ਵਿੱਚ ਰਿਕਾਰਡ ਹੋ ਗਿਆ ਨਾ। ਉਹ ਪ੍ਰਿੰਸੀਪਲ ਨੂੰ ਲੱਗਾ ਇਹ ਤਾਂ ਕੰਮ ਖਰਾਬ ਹੋ ਗਿਆ, ਉਹਨੇ ਅਗਲੇ ਇਕਨੋਮਿਕਸ ਵਾਲੇ ਨੂੰ ਕਿਹਾ ਤੂੰ ਔਖਾ ਸਵਾਲ ਪਾ, ਇਸ਼ਾਰਾ ਕੀਤਾ।
लो जी इकोनॉमिक्स वाले टीचर ने औखा सवाल पा दिता, वाहिगुरु दी मेहर उस बच्ची ने लुधियाने की वो कुड़ी उन्हें उसका जवाब दे दिता जी। ते टीचर कहता है दिस इज नॉट इन प्लस टू सिलेबस, हाउ कम यू हैव रेड दिस। की मतलब होया है ते बारहवीं दे सिलेबस की है ही नहीं है ते फर्स्ट ईयर सेकंड ईयर दे सिलेबस ते तेरू किवें पता लग गया कित्थों पढ़िया है। वो बच्ची पता की कहती है, कहती है सर आई हैव रेड इट फ्रॉम पॉल सैमुअलसन। पॉल सैमुअलसन एक नोबेल प्राइज इकोनॉमिक्स का होया। वो टीचर कहता है बट पॉल सैमुअलसन ते नोबेल प्राइज विनर है, वो ते जिथे विदेश ही रहता है दूर जाने रहनी है इंडिया रहनी ओदे कोल किवें पढ़ लिया। वो बच्ची कहती मैं यूट्यूब तो पढ़िया। इतों तक उस बच्चे ने कहा कि मैंने कोई चीज नहीं समझ आई सी उसकी वीडियो च, मैं उन्हें ईमेल लिखी, उन्हें मेरी ईमेल का जवाब भी दिता। मेरा कहने का भाव है बेटा अगर तुसी सेल्फ स्टडी करोगे तुहाडे कंसेप्ट ज्यादा वधिया क्लीयर होंगे। हाँ इहदे नाल ही मैनू गल याद आ गई जी नोबेल प्राइज। किन्नू तेनू पता है नोबेल प्राइज बारे? किसे तो नहीं पता कहने कर दी, किसे ने सुनया नोबेल प्राइज का नाम? नहीं सुनया। ओ हो चलो तुहाडी गलती नहीं है, गलती साडी है। विद्यक खेतर दा सब तो वड्डा सम्मान ओनू कहंदे ने नोबेल प्राइज। पता है किन्ने पैसे मिलते ने जेड़ा जिन्हें नोबेल प्राइज मिले? आज दे हिसाब नाल वीर जी ज्यादा वधिया डॉलर नु कन्वर्ट कर सकणगे लगभग 7.5 करोड़ रुपया। अच्छा जी एक गल दसा, एक भी गुरसिख नु अज तक नोबेल प्राइज नहीं मिले की आप नलायक हो? नहीं नहीं नहीं, आप अभी तो तुरे ही नहीं। साड़ी कौम पिछले गुरु साहब के ज्योति ज्योत समान तो बाद 1708 तो बाद जंगलों च रही, वो मुगलों के समय इस देश को 750 साल की मुगल हुकूमत तो आजाद कराया, फिर अंग्रेजों तो आजाद कराया, फिर अपनी जी पार्टीशन का समा आ गया, फिर 84 आ गई। ऐसे साल ऐसा समय ही सू हूं मिले। मैं तो यार सैफ इंटरनेशनल की एक्टिविटीज देख के खुश हो रहा भी साड़ी कौम जेड़े पासे पैंदी है ना कमाल कर देंदी। 100 साल पहला गुरुद्वारे बनाने वाल पई और किन्ने आलीशान गुरुद्वारे बना दिते, फिर लंगर लाने वाल पई सारे संसार च लंगर सिखां दा ब्रांड बन गया। और खुशी की गल आज साड़ी कौम एजुकेशन वाल पै गई है। और प्यारे बच्चे हो मैं तुहानू एक गल कहन लगा, कोई तुहानू पुछे ना वड्डा होके की करना है ते क्या करो मैं नोबेल प्राइज जीतना है। ठीक हो? हाँ हरी जा बोल दे रहे हो कहते ऐडा वड्डा किथे मिलना, जरा जोर दी बोलो केड़ा प्राइज। हाँ हम जदों तुसी ये कहोगे ना जे अगला बंदा सियाणा होएगा तो उन्हें पूछेगा कि ये की होंदा कित्थों पढ़ोगे दसो भाई नोबेल प्राइज की और जानकारी लैनी होए कित्थों लोगे? वेरी गुड, दो अंकल ते आंटी है ये बड़े बढ़िया, गूगल अंकल यूट्यूब आंटी। सारे बोलो कुछ भी लगना होवे अच्छा है ना पूछोगे बहुत बढ़िया जवाब देंगे। तुसी गलत स्पेलिंग भी लिखोगे ना ठीक करके कहेंगे ना तुसी है पूछना चाहते हो। इन्ने वधिया ने अंकल आंटी, हाँ एक इन्हां दी कमजोरी है इन्हां कोलों गलत पूछो ते गलत राय भी पा देंगे। गलत गल्ला नहीं पूछनी आ, मैं हर जगह कह रहा बेटा कैश कर दोगे मेरी गल, जरा कापियां तुहाडे कोल है नहीं इत्थे हार्ड डिस्क ते सेव कर दोगे? मेक इंटेलिजेंट यूज ऑफ इंटरनेट। सारे बोलो जी फिर बोलो इंटरनेट का इंटेलिजेंट यूज करो, वधिया यूज करो। जिन्ने वधिया इंटरनेट का यूज करोगे ओना आगे निकल जाओगे। मैं खेतीबाड़ी यूनिवर्सिटी पढ़ाना पिंडा नाल साडा संबंध है ते मैं पिंडा दे बच्चियां नूं कहना वी जेड़ा गूगल तुहाडे पिंड च खुलदा है ना ओही गूगल दिल्ली खुलदा है ओही बॉम्बे खुलदा है, जेड़ा ओदी वधिया वरतों करदे ओह अगे निकल जाएगा।
ਅੱਗੇ ਅਸੀਂ ਕਹਿੰਦੇ ਸੀ ਅਸੀਂ ਪਿੰਡ ਚ ਰਹਿੰਦੇ ਹਾਂ, ਸਾਡਾ ਸਕੂਲ ਛੋਟਾ, ਸਾਡੇ ਟੀਚਰ ਨਹੀਂ ਵਧੀਆ, ਤਾਂ ਪਿੱਛੇ ਰਹਿ ਗਏ। ਪਰ ਹੁਣ ਉਹ ਸਮਾਂ ਚਲਾ ਗਿਆ ਬੇਟਾ। ਸਾਰੇ ਜਣੇ ਆਪਣੇ ਮਨ ਵਿੱਚ ਇੱਕ ਦ੍ਰਿੜ ਨਿਸ਼ਚਾ ਕਰੋ ਜੀ, ਜਿਹੜਾ ਮੁੱਠੀ ਬਣਾਇਆ ਜਾ ਮੁੱਕਾ ਬਣਾਓ, ਮੁੱਕਾ ਮਾਰਨਾ ਨਹੀਂ ਕਿਸੇ ਨੂੰ, ਜਿਹੜਾ ਜ਼ੋਰ ਪਾਓ ਜਾ। ਸਾਰੇ ਬੋਲੋ, ਮੈਂ ਕੁਛ ਕਰਨਾ ਹੈ, ਮੈਂ ਕੁਛ ਬਣਨਾ ਹੈ। ਜ਼ੋਰ ਦੀ ਬੋਲੋ ਇੱਕ ਵਾਰੀ, ਕਈ ਐਵੇਂ ਬੋਲਦੇ ਪਏ ਜੀ, ਮੈਂ ਕੁਛ ਕਰਨਾ ਹੈ, ਕੁਛ ਨਹੀਂ ਕਰ ਸਕੋਗੇ। ਜਰਾ ਜ਼ੋਰ ਨਾਲ ਬੋਲੋ ਬਈ, ਬਾਰ ਬਾਰ ਰੋਜ਼ ਆਪਣੇ ਆਪ ਨੂੰ ਕਹੋ। ਮਾਤਾ ਪਿਤਾ ਨੂੰ ਮੈਂ ਬੇਨਤੀ ਕਰਾਂਗਾ, ਬੱਚਿਆਂ ਨੂੰ ਰੋਜ਼ ਇਹ ਯਾਦ ਕਰਾਓ, ਜਿਹੜਾ ਇਹਨੂੰ ਸੈਲਫ ਮੋਟੀਵੇਸ਼ਨ ਅਸੀਂ ਕਹਿੰਦੇ ਹਾਂ ਸਾਈਕੋਲੋਜੀ ਚ, ਆਪਣੇ ਆਪ ਨੂੰ ਰੋਜ਼ ਜੋਸ਼ ਦੇਣਾ ਮੈਂ। ਔਰ ਜਿਹੜੇ ਬੱਚੇ ਸੱਚੀ ਸੋਚੋਗੇ ਔਰ ਜਿਹੜੇ ਮਾਤਾ ਪਿਤਾ ਤੁਹਾਡੇ ਨਾਲ ਮਦਦ ਕਰਨਗੇ, ਉਹ ਬੱਚੇ ਬਹੁਤ ਅੱਗੇ ਨਿਕਲ ਜਾਣਗੇ ਭਾਈ। ਸੋ ਪਹਿਲਾ ਸੱਸਾ ਹੈ, ਯਾਦ ਹੈ ਜੀ, ਖਾਸ ਹੋ ਗਿਆ। ਕਿੰਨੇ ਦੱਸਣੇ ਸੀ ਸੱਸੇ ਮੈਂ? ਤਿੰਨ। ਹਾਂ, ਦੂਜਾ ਸੱਸਾ ਹੈ ਸਕਿੱਲ। ਸਾਰੇ ਬੋਲੋ, ਕਿਸੇ ਨੂੰ ਪਤਾ ਸਕਿੱਲ ਕੀ ਹੁੰਦੀ ਹੈ? ਜ਼ਿਆਦਾ ਛੋਟੇ ਬੱਚੇ ਵੀ ਹੈਗੇ ਨੇ, ਚਲੋ ਕੋਈ ਗੱਲ ਨੀ। ਸਕਿੱਲ ਹੁੰਦਾ ਹੁਨਰ ਆਉਣਾ, ਗੁਣ ਹੋਣੇ, ਐਕਚੁਅਲ ਕੰਮ ਕਰਨਾ ਆਉਣਾ। ਜਿਵੇਂ ਬੋਲਣਾ ਇੱਕ ਸਕਿੱਲ ਹੈ, ਸਿਮਰਪ੍ਰੀਤ ਬੇਟਾ ਹੋਣੇ ਕਿੰਨਾ ਵਧੀਆ ਬੋਲ ਕੇ ਗਿਆ। ਜੇ ਉਹ ਨਾ ਦੱਸਦਾ ਵੀ ਮੈਂ ਦੂਜੀ ਵਾਰੀ ਬੋਲ ਰਿਹਾ, ਸਾਨੂੰ ਪਤਾ ਹੀ ਲੱਗਣਾ ਸੀ। ਅਸੀਂ ਕਹਿਣਾ ਸੀ ਇਹ ਤਾਂ ਬੜਾ ਵਧੀਆ ਨੌਜਵਾਨ ਹੈ, ਬੜੀ ਵਾਰੀ ਬੋਲ ਬੈਠਾ ਹੈ ਨਾ। ਬੋਲਣ ਦੀ ਸਕਿੱਲ, ਲਿਖਣ ਦੀ ਸਕਿੱਲ, ਗੱਲ ਕਰਨ ਦੀ ਸਕਿੱਲ, ਟੈਕਨੋਲੋਜੀ ਦੀ ਸਕਿੱਲ, ਮੋਬਾਈਲ ਤੇ ਵਧੀਆ ਚੀਜ਼ਾਂ, ਗੁਰਬਾਣੀ ਸਰਚਰ ਦੇ ਸਾਰੇ ਜਿੰਨੇ ਉਹਦੇ ਚ ਹੈਗੇ ਨੇ ਪੁਆਇੰਟਸ ਹੈਗੇ ਨੇ, ਉਹਦੇ ਸਾਰਿਆਂ ਨੂੰ ਕਰਨਾ ਆਉਣਾ ਚਾਹੀਦਾ। ਹੋਰ ਜਿੰਨੀਆਂ ਟੈਕਨੀਕਲ ਸਕਿੱਲਸ ਨੇ ਸਾਨੂੰ ਆਉਣੀਆਂ ਚਾਹੀਦੀਆਂ ਨੇ। ਮੁੱਕਦੀ ਗੱਲ, ਮੈਂ ਮਾਤਾ ਪਿਤਾ ਨੂੰ ਇੱਕ ਬੇਨਤੀ ਕਰਾਂਗਾ ਕਿ ਹੁਣ ਡਿਗਰੀਆਂ ਦਾ ਸਮਾਂ ਚਲਾ ਗਿਆ। ਮੈਂ ਆਪਣੀ ਯੂਨੀਵਰਸਿਟੀ ਵਿੱਚ ਪਲੇਸਮੈਂਟ ਸੈੱਲ ਦਾ ਡਾਇਰੈਕਟਰ ਹਾਂ। ਮੈਂ ਤੁਹਾਨੂੰ ਮਾਤਾ ਪਿਤਾ ਨੂੰ ਇੱਕ ਗੱਲ ਦੱਸਣ ਲੱਗਾ, ਮੇਰੇ ਕੋਲ ਕੰਪਨੀਆਂ ਆਉਂਦੀਆਂ ਨੇ, ਅਸੀਂ ਬੱਚਿਆਂ ਦੀ ਇੰਟਰਵਿਊ ਕਰਾਉਂਦੇ ਹਾਂ। ਪਿਛਲੇ ਕੁਛ ਸਾਲਾਂ ਤੋਂ ਮੈਂ ਦੇਖ ਰਿਹਾ ਵਾਂ, ਕੰਪਨੀ ਆਈ ਬੜੀ ਵੱਡੀ, ਜਿਹੜੀ ਬੱਚੇ ਦੇ 80% ਨੰਬਰ ਨੇ ਉਹਨੂੰ ਛੱਡ ਗਏ, ਜਿਹਦੇ 75% ਨੇ 70% ਨੇ ਉਹਨੂੰ ਸਿਲੈਕਟ ਕਰ ਗਏ। ਮੈਂ ਉਹਨਾਂ ਦੇ HR ਬੰਦਿਆਂ ਨੂੰ ਪੁੱਛਿਆ, ਮੈਂ ਕਿਹਾ ਜੀ ਇਹਦੇ ਨੰਬਰ ਘੱਟ ਨੇ, ਤੁਸੀਂ ਇਹਨੂੰ ਸਿਲੈਕਟ ਕਰ ਲਿਆ, ਇੰਟੈਲੀਜੈਂਟ ਬੱਚਾ, ਇਹਨੂੰ ਛੱਡ ਦਿੱਤਾ। ਉਹ ਪਤਾ ਕੀ ਕਹਿੰਦੇ ਨੇ? ਕਹਿੰਦੇ ਨੇ, ਡਾਕਟਰ ਸਾਹਿਬ, ਹੀ ਇਜ਼ ਮੋਰ ਸਕਿੱਲਡ। ਕੀ ਮਤਲਬ ਹੋਇਆ? ਉਹਦੇ ਕੋਲ ਸਕਿੱਲ ਜ਼ਿਆਦਾ ਨੇ। ਇੱਥੋਂ ਤੱਕ ਕਿ ਡਿਸਿਪਲਿਨ ਇੱਕ ਸਕਿੱਲ ਹੈ, ਲੀਡਰਸ਼ਿਪ ਇੱਕ ਸਕਿੱਲ ਹੈ, ਟੀਮ ਵਰਕ ਇੱਕ ਸਕਿੱਲ ਹੈ। ਇੱਕ ਸਭ ਤੋਂ ਛੋਟੀ ਸਕਿੱਲ ਦੱਸ ਦਿਓ। ਕਿਸੇ ਨੇ ਕਿਹਾ ਕਿ ਮੈਂ ਨਹੀਂ ਦੱਸਦਾ, ਦੱਸਾਂ ਜੀ। ਸਭ ਤੋਂ ਛੋਟੀ ਸਕਿੱਲ ਹੈ ਆਸਕ, ASK। ਦਿਸ ਇਜ਼ ਦ ਮੋਸਟ ਵਾਈਟਲ ਸਕਿੱਲ। ਮੈਂ ਸੋਚਦਾ ਪੰਜਾਬ ਦੇ ਬੱਚਿਆਂ 'ਚ ਇਹ ਵਾਲੀ ਸਕਿੱਲ ਵੀ ਨਹੀਂ ਹੈਗੀ। ਉਹਨੂੰ ਕੋਣਾ ਕੁਐਸਚਨ ਪੁੱਛੋ, ਡੱਡਾ ਹੋ ਕੇ ਬੈਠੇ ਰਹਿੰਦੇ, ਡਰਦੇ ਰਹਿੰਦੇ ਨੇ, ਤੂੰ ਪੁੱਛਣਾ, ਮੈਂ ਨਹੀਂ ਪੁੱਛਣਾ। ਸੋ ਮਾਤਾ ਪਿਤਾ ਨੂੰ ਮੈਂ ਬੇਨਤੀ ਕਰਾਂਗਾ, ਰੋਜ਼ ਬੱਚਿਆਂ ਨੂੰ ਪੁੱਛਿਆ ਕਰੋ, ਚਾਹੇ ਤੁਸੀਂ ਭਾਵੇਂ ਮੈਂ ਕਹਾਂ, ਜੇ ਕੋਈ ਘੱਟ ਵੀ ਪੜ੍ਹਿਆ ਨਾ, ਬੱਚੇ ਨੂੰ ਪੁੱਛੋ, ਬੱਚੇ ਅੱਜ ਕੀ ਪੜ੍ਹ ਕੇ ਆਇਆ, ਅੱਜ ਕੀ ਸਿੱਖਿਆ। ਔਰ ਅੱਛੇ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਪਤਾ ਕੀ ਸਵਾਲ ਪੁੱਛਦੇ ਨੇ? ਬੇਟਾ ਬੱਚੀਏ, ਤੂੰ ਅੱਜ ਕਲਾਸ ਵਿੱਚ ਕੋਈ ਸਵਾਲ ਪੁੱਛਿਆ ਸੀ? ਜਿਸ ਦਿਨ ਉਹ ਸਵਾਲ ਪੁੱਛਣ, ਸ਼ਾਬਾਸ਼ ਦਿਓ, ਕਿਉਂਕਿ ਜਿਹੜਾ ਜਿੰਨੇ ਸਵਾਲ ਪੁੱਛੇਗਾ ਉਹਨਾਂ ਉਹ ਅੱਗੇ ਨਿਕਲੇਗਾ। ਸੋ ਸਾਰੇ ਜਣੇ ਮੈਂ ਇੱਕ ਬੇਨਤੀ ਕਰਾਂਗਾ, ਸਕਿੱਲ ਵੱਲ ਧਿਆਨ ਕਰੋ। ਇਹ ਦੇਸ਼ ਦੀ ਸਰਕਾਰ ਵੀ ਸਕਿੱਲ ਤੇ ਗੱਲ ਕਰ ਰਹੀ ਹੈ, ਇੰਟਰਨੈਸ਼ਨਲੀ ਵੀ ਗੱਲ ਹੋ ਰਹੀ ਹੈ, ਔਰ ਪੰਜਾਬ ਸਾਡਾ ਇਸ ਪੱਖੋਂ ਪਿੱਛੇ ਨਾ ਰਹਿ ਜਾਏ। ਲੈਟ ਅਸ ਬੀ ਸਕਿੱਲਡ। ਚਲੋ ਜੀ, ਦੋ ਸੱਸੇ ਹੋ ਗਏ। ਤੀਜਾ, ਵੈਰੀ ਗੁੱਡ, ਕੌਣ ਬੋਲਿਆ ਜੀ? ਇੱਥੇ ਲਿਖਿਆ ਹੋਇਆ ਤੀਜਾ, ਵਜੀਫਾ। ਇੰਗਲਿਸ਼ ਵਿੱਚ ਕਹਿੰਦੇ ਨੇ ਸਕਾਲਰਸ਼ਿਪ। ਤੁਹਾਨੂੰ ਵਜੀਫਾ ਮਿਲ ਰਿਹਾ ਹੈ ਔਨ ਨੀਡ ਬੇਸਿਸ। ਸੰਸਾਰ ਵਿੱਚ ਵਜੀਫੇ ਮਿਲਦੇ ਨੇ, ਸਾਰੇ ਜਣੇ ਕਰੋ ਅਪਲਾਈ। ਲੱਖ ਬੱਚਾ, 2 ਲੱਖ ਬੱਚੇ ਅਪਲਾਈ ਕਰਦੇ ਨੇ, 4 ਜਣਿਆਂ 5 ਜਣਿਆਂ ਨੂੰ ਵਜੀਫਾ ਮਿਲਦਾ ਬਈ। ਇਹ ਇੰਟੈਲੀਜੈਂਟ ਨੇ, ਮੈਰਿਟ ਬੇਸਡ ਸਕਾਲਰਸ਼ਿਪ।
मैं पिंडा कहना शुरू किया है भी ना किले बेच के बाहर जाओ, ना कर्जे लेके बाहर जाओ, ना पलियों पैसे खर्च के बाहर जाओ। स्कॉलरशिप लेके वीर जी जिथो आए ने कैनेडा देश तो उसे टॉप यूनिवर्सिटी है जी टोरंटो यूनिवर्सिटी। लुधियाने की एक बच्ची ने दस्तार से जाती है जो वीर जी ने गल कही ना अपने धर्म बड़ी पक्की बच्ची है, बारहवीं पढ़ती बच्ची अठ महीने पहला पापा नूं लैके मेरे को यूनिवर्सिटी आई, कहती है कैनेडा जाना है बारहवीं तो बाद। मैं क्या कुड़िए ना जा, ग्रेजुएशन तो बाद जाई, कि साडे बच्चे बड़े रुल रही रहे ने, बच्चियां भी रुलदियां ने, उत्थे भी ना ग्रेजुएशन करके जाई। कहती नहीं सर अंकल मैं जाने ही जाना, मेरे रिश्तेदार भी है, मैं पढ़ लांगी, मैं कर लांगी, मैं धर्म च भी पक्की रहांगी, मैनूं गाइड करो। मैं तुहानूं सच्ची हुण दी गल दस रहा, कुल मिला के अठ महीने जो चार बारी अपने पापा नाल मेरे दफ्तर आई, जो जो मैं गाइड करता रहा उस तो भी वध करती रही। आ पिछले महीने यूनिवर्सिटी ऑफ टोरंटो की ऑफर लैटर आ गई, तो उन्होंने स्कॉलरशिप पता कितना मिले, 60 लाख रुपया। बोलिए जरा, तुहाडी वर्गी बच्ची दो अखां ने दो हथ ने एक नक है, 60 लाख रुपया स्कॉलरशिप। लाल साहब मैं हैरान हो गया जी। अच्छा पर जी वो बच्ची उसके पापा खुश ही नहीं सजन मेरे को आए। मैं कह 60 लाख से बंदा टपरा जी, तुसी खुशी नजर नहीं आ रहे। वो बच्ची कहती है जी असि यूनिवर्सिटी नूं पता किया भी इन्नी कु ते तुसी दे दोगे, बाकी साडा खर्चा किन्ना कु हो जाएगा, ते उन्होंने दसिया भी 4 साल बाकी तुहाडा 80 लाख खर्चा होर होगा। असी ते 80 लाख दे नहीं सकते, हुण की करदे जी। बई कमाल दी गल, सतगुरु दी ऐसी बख्शिश होई, उस बच्ची ने एक ईमेल लिखी, थैंक्स कीती जिन्नी स्कॉलरशिप मिली, ते नाल ये कहा भी मैं इन्ना खर्च नहीं कर सकती, मेरी स्कॉलरशिप वधा दिओ। एक हफ्ते बाद उस यूनिवर्सिटी की ईमेल आ गई कि ठीक है असीं तुहाडी स्कॉलरशिप वधा रहे हां, 1,11,00,000 कर दिती स्कॉलरशिप। प्यारे बच्चियो, असी सारे जने माता पिता मैं बेनती करांगा अपने बच्चियों नूं स्कॉलरशिप लई तैयार करो। जेड़े बच्चे वजीफे लैके बाहर जांदे ने उहनां दी इज्जत भी ज्यादा हुंदी है, ते उहनां नूं उत्थे रुलना भी नहीं पैंदा, ना ये पैसे बचदे ने अपने। और जेड़े बच्चे खास करके तुसीं स्कूल दे 8वीं 10वीं दे लैवल दे उत्थे जिन्ने भी बच्चे बैठे हो, हुण तो ही मेहनत करनी शुरू करो। और तुहाडे नाल सैफ इंटरनेशनल दा बेनती करांगा वीर जी, वजीफियां दी लिस्ट, स्किल्स दी लिस्ट, कोई भी इहो जिहा जिहड़ा रिसोर्स होएगा वो जिन्नी असीं सेवा कर सकांगे, जो समां तजर्बा वीर जी जसविंदर सिंह जी बैठे ने भी वजीफे देते ने निष्काम दे, कमाल दी सेवा कर रहे। एक बेनती लास्ट होगी, फटाफट भुल ना जाए, मैनूं याद रहे, मैं भी तुहानूं कह रहा दिंदे आ, तुहाडे कोल कापी पेन नहीं आ, कोई वड्डी संस्था नहीं, कुछ छोटे जे बच्चे 11वीं 12वीं ते कॉलेज दे बच्चे ओ कैंपेन चला रहे ने। उहदा नाम है ABC। की नाम है? ABC। याद रहेगा है? ABC का मतलब है एस्पिरेशंस बिल्डिंग कैंपेन, के पंजाब दे बच्चियां दी एस्पिरेशंस, उन्हां दे सुपने वड्डे करो। हुण पंजाब दा सुपना बन गया आईलेट्स करके बाहर जाना, ये नहीं पता की करना है। साउथ दे बच्चे मेहनत करके जांदे ने, वजीफे लैके जांदे ने, उत्थे जाके होर अगे वधदे ने, असीं उत्थे जाके बस ड्राइविंग ही करदे रह जांदे आ, जां होर लेबर जॉब करदे आ। आईलेट्स लेबर जॉब करन दी डिग्री है, लेबर दा परमिट ले रहा है, डिग्री नहीं ना कहिए। इत्थे पंजाब वाले सोचदे ने की कर रहे हो, आईलेट्स कर रहे हो जिवें डिग्री कर रहे। सारे बिहार दे विच IAS दे बोर्ड लगे ने भी आओ IAS कराने आ, ਤੇ ਪੰਜਾਬ ਵਿੱਚ ਲੱਗੇ ਨੇ ਆਓ ਤੁਹਾਨੂੰ ਆਈਲੈਟਸ ਕਰਾਉਂਦੇ ਆ।
ਸਾਡੇ ਸੁਪਨੇ ਇੰਨੇ ਨੀਵੇ ਹੋ ਗਏ। ਸੋ ਮੈਂ ਤੁਹਾਨੂੰ ਸਾਰੇ ਬੱਚਿਆਂ ਨੂੰ ਬੇਨਤੀ ਕਰਾਂਗਾ ਜਿਹੜੇ ਜ਼ਿੰਦਗੀ 'ਚ ਕੁਝ ਕਰਨਾ ਚਾਹੁੰਦੇ ਹੋ ਉਹਦੇ ਲਈ ਰੀਡਿੰਗ ਬਹੁਤ ਇੰਪੋਰਟੈਂਟ ਹੈ। ਰੀਡਰਸ ਆਰ ਲੀਡਰਸ, ਬੋਲਿਓ ਜੀ, ਜਿਹੜੇ ਰੀਡਿੰਗ ਕਰਨਗੇ ਉਹ ਲੀਡਰ ਬਣਨਗੇ, ਉਹ ਦੁਨੀਆ ਨੂੰ ਠੀਕ ਅਗਵਾਈ ਦੇ ਸਕਣਗੇ। ਪਰ ਬੇਟਾ ਦੁਨੀਆ ਨੂੰ ਸਾਡੀ ਲੋੜ ਜੇ ਇਸ ਵੇਲੇ ਕੋਰੋਨਾ ਦੇ ਵੇਲੇ ਕੋਈ ਕੌਮ ਨਹੀਂ ਨਿਕਲੀ ਜਿਹੜੀ ਦੂਜਿਆਂ ਦੀ ਮਦਦ ਕਰਨ ਲਈ ਆਈ ਹੋਵੇ। ਇਹ ਗੁਰੂ ਕੇ ਖਾਲਸੇ ਹਰ ਗੁਰਦੁਆਰੇ ਵਿੱਚ ਨਿਕਲ ਪਏ ਲੰਗਰ ਵਰਤਾਉਣ ਲਈ, ਚਾਹ ਦੇ ਲੰਗਰ ਲਾਉਣ ਵਾਲਿਆਂ ਨੇ ਸਾਹ ਦੇ ਲੰਗਰ ਲਾ ਦਿੱਤੇ। ਲੋਕੀ ਉਸ ਵੇਲੇ ਕਮਾਈਆਂ ਕਰ ਰਹੇ ਸੀ ਤੇ ਸਿੱਖ ਉਸ ਵੇਲੇ ਫ੍ਰੀ ਵੰਡ ਰਹੇ ਸੀ। ਇੰਨੀ ਕਮਾਲ ਦੀ ਵਿਚਾਰਧਾਰਾ, ਇੰਨਾ ਕਮਾਲ ਦਾ ਤਿਆਗ, ਅੱਜ ਦੁਨੀਆ ਨੂੰ ਲੋੜ ਹੈ ਇਸ ਵਿਚਾਰਧਾਰਾ ਦੀ ਜਿਹੜੀ ਸਾਰੀ ਮਨੁੱਖਤਾ ਨੂੰ ਪਿਆਰ ਕਰੇ, ਸਤਿਗੁਰੂ ਬਖਸ਼ਿਸ਼ ਕਰੇ। ਔਰ ਮੈਂ ਇੱਕ ਵਾਰੀ ਫੇਰ ਸੈਫ ਇੰਟਰਨੈਸ਼ਨਲ ਦੇ ਸਾਰੇ ਪ੍ਰਬੰਧਕਾਂ ਜਿਨ੍ਹਾਂ ਨੇ ਸੋਚ ਸੋਚੀ, ਮੇਰੀ ਤੁਹਾਡੇ ਚਰਨਾਂ ਵਿੱਚ ਨਮਸਕਾਰ ਹੈ। ਆਓ ਅਸੀਂ ਪਿਆਰੇ ਪੰਜਾਬ ਨੂੰ, ਆਪਣੇ ਪੰਥ ਨੂੰ ਬਚਾਈਏ। ਐਂਡ ਐਜੂਕੇਸ਼ਨ ਇਜ਼ ਦਾ ਓਨਲੀ ਵੇ ਟੂਡੇ। ਜਿੰਨੀ ਵਧੀਆ ਜਿੰਨੀ ਮਿਹਨਤ ਨਾਲ ਪੜ੍ਹਾਈ ਕਰਾਂਗੇ ਓਨਾ ਅਸੀਂ ਦੁਨੀਆ ਦੇ ਵਿੱਚ ਸੱਚ ਦਾ ਪਿਆਰ ਦਾ ਸੁਨੇਹਾ ਪਹੁੰਚਾ ਸਕਾਂਗੇ। ਇਹਨੇ ਅੱਖਰਾਂ ਦੇ ਨਾਲ ਇਹਨਾਂ ਦਾ ਜਾ ਕੇ ਅੱਖਾਂ ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।